ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲਿਮਿਟਿਡ ਨਿਊਜ਼, ਮੈਂ ਗੋਬਿੰਦ ਸੈਣੀ। ਵਿਸਾਖੀ ਦਾ ਮੇਲਾ ਤਲਵੰਡੀ ਸਾਬੋ ਹਰ ਸਾਲ ਮਨਾਇਆ ਜਾਂਦਾ ਹੈਗਾ। ਇਸ ਵਾਰ ਵੀ 13 ਅਤੇ 14 ਅਪ੍ਰੈਲ ਜਿਹੜਾ ਵਿਸਾਖੀ ਦਾ ਮੇਲਾ ਤਲਵੰਡੀ ਸਾਬੋ ਬੜੀ ਧੂਮਧਾਮ ਮਨਾਇਆ ਜਾ ਰਿਹਾ ਹੈਗਾ। ਸੁਰੱਖਿਆ ਦੀ ਗੱਲ ਕਰੀਏ, ਸੁਰੱਖਿਆ ਦੇ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਹੈਗੇ ਨੇ, ਸਾਡੇ ਕੋਲ ਪਿੰਡਾਂ ਦੇ SSP ਸਾਹਿਬ ਮੌਜੂਦ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਵਿਸਾਖੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ, ਇਸ ਵਾਰ ਵੀ ਵਿਸਾਖੀ ਦਾ ਮੇਲਾ ਹੈਗਾ। ਸੁਰੱਖਿਆ ਦੀ ਗੱਲ ਕਰੀਏ, ਟ੍ਰੈਫਿਕ ਦੀ ਗੱਲ ਕਰੀਏ, ਕਿਸ ਤਰ੍ਹਾਂ ਤੁਸੀਂ ਸੰਗਤਾਂ ਵਾਸਤੇ ਪ੍ਰਬੰਧ ਕੀਤੇ ਗਏ ਨੇ? ਸੰਗਤਾਂ ਦੀ ਸਹੂਲਤ ਲਈ, ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਅਤੇ ਆਉਣ ਵਾਲੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ, ਇਹਦੇ ਲਈ ਮਾਨਯੋਗ DGP ਸਾਹਿਬ ਵੱਲੋਂ, ਸਾਡੇ ADGP ਸਾਹਿਬ ਵੱਲੋਂ, ਸਾਡੇ ਸਪੈਸ਼ਲ DGP ਲਾਅ ਐਂਡ ਆਰਡਰ ਵੱਲੋਂ ਸਾਨੂੰ ਕਾਫੀ ਫੋਰਸ ਦਿੱਤੀ ਗਈ ਹੈ, ਉਹ ਅਸੀਂ ਵੱਖ ਵੱਖ ਥਾਵਾਂ 'ਤੇ ਲਾਈ ਹੈ। ਉਸ ਫੋਰਸ ਨੂੰ ਲਾਉਣ ਦਾ ਮਕਸਦ ਵੀ ਇਹੀ ਹੈ ਕਿ ਕਿਸੇ ਨੂੰ ਕੋਈ ਜਿੱਦਾਂ ਸਹਾਇਤਾ ਬੂਥ ਲਗਾਏ ਗਏ ਹੈ, ਕਿਸੇ ਨੂੰ ਕਿਸੇ ਬਜ਼ੁਰਗ ਦੀ ਕੋਈ ਹੈਲਪ ਕਰਨੀ ਹੈ, ਕੋਈ ਗੁੰਮਸ਼ੁਦਗੀ ਹੋ ਜਾਂਦੀ ਹੈ, ਕੋਈ ਟ੍ਰੈਫਿਕ ਦੇ ਵਿੱਚ ਗਲਤ ਆ ਜਾਂਦਾ, ਉਹਨੂੰ ਸਹੀ ਦਿਸ਼ਾ ਵਿੱਚ ਗਾਈਡ ਕਰਨਾ, ਪਾਰਕਿੰਗ ਦੇ ਵਿੱਚ ਉਹਨੂੰ ਪਹੁੰਚਾਉਣਾ, ਪਾਰਕਿੰਗ ਤੋਂ ਜੇ ਕਿਸੇ ਨੂੰ ਈ-ਰਿਕਸ਼ਾ 'ਤੇ ਅੰਦਰ ਆਉਣਾ ਹੈ ਤਾਂ ਉਹਨੂੰ ਫੈਸਿਲੀਟੇਟ ਕਰਨਾ, ਇਹੀ ਸਾਡਾ ਮਕਸਦ ਹੈ। ਸਰ, ਜੇ ਆਪਾਂ ਗੱਲ ਕਰੀਏ ਤਲਵੰਡੀ ਸਾਬੋ ਨੂੰ, ਮੇਲੇ ਨੂੰ ਕਿੰਨੇ ਸੈਕਟਰ 'ਚ ਵੰਡਿਆ ਗਿਆ ਹੈਗਾ ਅਤੇ ਕਿੰਨੇ ਕੁ ਅਧਿਕਾਰੀ ਉੱਥੇ ਆਪਣੇ ਡਿਊਟੀ ਤੈਨਾਤ ਹੈਗੇ ਨੇ? ਇਹਦੇ ਵਿੱਚ ਇਹਨੂੰ ਕਾਫੀ ਸੈਕਟਰ 'ਚ ਵੰਡਿਆ ਗਿਆ ਹੈ, ਫੋਰਸ ਵੀ ਸਾਡੇ ਕੋਲ ਕਾਫੀ ਹੈਗੀ ਅਤੇ ਆਫਿਸਰਸ ਵੀ ਬਹੁਤ। ਸਰ, ਇੱਕ ਕੰਟਰੋਲ ਰੂਮ ਵੀ ਤੁਸੀਂ ਦਿੱਤਾ ਗਿਆ ਵੀ ਜਿੱਥੇ ਵੀ ਲੋਕਾਂ ਨੂੰ ਕੋਈ ਸੰਗਤ ਨੂੰ ਹੈਲਪ ਦੀ ਲੋੜ ਹੈਗੀ ਹੈ ਪੁਲਿਸ ਦੀ, ਉਸ ਕੰਟਰੋਲ ਫੋਨ 'ਤੇ ਫੋਨ ਕੀਤਾ ਜਾਵੇ ਤਾਂ ਤੁਰੰਤ ਹੀ ਜਿਹੜੀ ਪੁਲਿਸ ਉੱਥੇ ਪਹੁੰਚ ਜਾਵੇਗੀ? ਇਹ ਨੰਬਰ ਹਰ ਜਗ੍ਹਾ ਅਸੀਂ ਫਲੈਸ਼ ਕੀਤੇ, ਉੱਥੇ ਵੱਖ ਵੱਖ ਜਗ੍ਹਾ 'ਤੇ ਫਲੈਸ਼ ਕੀਤੇ ਨੰਬਰ, ਸਹਾਇਤਾ ਬੂਥ ਸਾਰੇ ਸਾਡੇ ਹਰ ਥਾਂ 'ਤੇ ਸਹਾਇਤਾ ਬੂਥ ਵੀ ਬਣਾਏ ਗਏ ਹੈ, ਜੇ ਲੋਕ ਫੋਨ ਨਹੀਂ ਕਰ ਸਕਦੇ ਤਾਂ ਉੱਥੇ ਸਹਾਇਤਾ ਬੂਥ 'ਤੇ ਵੀ ਜਾ ਕੇ ਉਹਨਾਂ ਨੂੰ ਪੂਰੀ। ਬਾਕੀ ਮੈਂ ਇਹ ਵਿਸ਼ਵਾਸ ਦਿਲਾਉਂਦਾ ਕਿ ਜਿਹੜਾ ਵੀ ਪੁਲਿਸ ਮੁਲਾਜ਼ਮ ਉੱਥੇ ਖੜ੍ਹਾ ਹੈ ਉਹ ਹਰੇਕ ਆਪਣੇ ਆਪ ਦੇ ਵਿੱਚ ਸਹਾਇਤਾ ਬੂਥ ਹੈ, ਲੋਕਾਂ ਦੀ ਸਹਾਇਤਾ ਕਰੇਗਾ, ਜੋ ਵੀ ਸਾਡੀ ਵੱਧ ਤੋਂ ਵੱਧ ਸਾਡੇ ਤੋਂ ਮਦਦ ਹੋ ਸਕਦੀ ਹੈ ਉਹ ਅਸੀਂ ਕਰਾਂਗੇ। ਇੱਕ ਸਰ, ਤਲਵੰਡੀ ਸਾਬੋ ਹਰ ਸਾਲ ਸਿਆਸੀ ਰੈਲੀਆਂ ਹੁੰਦੀਆਂ ਹੈਗੀਆਂ, ਇਸ ਵਾਰ ਕੋਡ ਆਫ ਕੰਟੈਕਟ ਲੱਗਿਆ ਹੋਇਆ, ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈਗਾ, ਕਿ ਇਸ ਵਾਰ ਉੱਥੇ ਰੈਲੀਆਂ ਹੋ ਰਹੀਆਂ? ਉਹ ਜੋ ਵੀ ਫੈਸਲਾ ਲਿਆ ਜਾਏਗਾ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਚੋਣ ਅਧਿਕਾਰੀ ਲੈਣਗੇ, ਉਹਦੀ ਅਸੀਂ ਪਾਲਣਾ ਕਰਾਂਗੇ। ਬਿਲਕੁਲ, ਇਸੇ ਸਾਲ ਨਾਲ SSP ਸਾਹਿਬ ਅਤੇ SSP ਸਾਹਿਬ ਨੇ ਕਿਹਾ ਤਲਵੰਡੀ ਸਾਬੋ ਜਿਹੜਾ ਵਿਸਾਖੀ ਦਾ ਮੇਲਾ ਲੱਗ ਰਿਹਾ ਹੈਗਾ, ਸੁਰੱਖਿਆ ਦੇ ਨਜ਼ਰ ਦੇ ਦੇਖਿਆ ਜਾਵੇ ਤਾਂ ਪੂਰੇ ਪੁਖਤਾ ਬੰਦ ਕੀਤੇ ਗਏ ਹੈਗੇ ਨੇ, ਟ੍ਰੈਫਿਕ ਦੇ ਖਾਸ ਤੌਰ 'ਤੇ ਪ੍ਰਬੰਧ ਕੀਤੇ ਗਏ ਨੇ, ਜਿਹੜੀ ਵੀ ਸਿੱਖ ਸੰਗਤ ਮੇਲੇ ਵਿੱਚ ਆਵੇਗੀ ਉਹਨੂੰ ਕੋਈ ਪਰੇਸ਼ਾਨੀ ਨਹੀਂ ਆ ਦਿੱਤੀ ਜਾਵੇਗੀ, ਜੋ ਵੀ ਕ੍ਰਾਈਮ ਜਿਹੜਾ ਕਰੂਗਾ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਬਠਿੰਡਾ ਤੋਂ ਗੋਬਿੰਦ ਸੈਣੀ, ਲਿਮਿਟਿਡ ਨਿਊਜ਼, ਪੰਜਾਬ।